ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਗਗਨਦੀਪ, ਓਮ ਗਲੋਬਲ ਅੰਮ੍ਰਿਤਸਰ ਤੋਂ। ਅੱਜ ਫਿਰ ਹਾਜ਼ਰ ਹੋਏ ਹਾਂ ਕੈਨੇਡਾ ਦੀ ਨਵੀਂ ਸਕਸੈਸ ਸਟੋਰੀ ਨੂੰ ਲੈ ਕੇ, ਜਿਹੜਾ ਕਿ ਸਿਮਰਪ੍ਰੀਤ ਔਰ ਪਵਨ ਪਵਿੱਤਰ ਸਿੰਘ ਜੀ ਦੀ ਹੈਗੀ ਹੈ। ਦੋਨੋਂ ਹਸਬੈਂਡ ਵਾਈਫ ਦਾ ਇਕੱਠਾ ਵੀਜ਼ਾ ਜਿਹੜਾ ਅਸੀਂ ਲਿੱਤਾ ਹੈ, ਕਿਉਂਕਿ ਇਹ ਕਲਾਇੰਟ ਦੀ ਸਭ ਤੋਂ ਇੱਕ ਇੰਪੋਰਟੈਂਟ ਗੱਲ ਮੈਨੂੰ ਹਾਲੀ ਵੀ ਯਾਦ ਹੈ, ਜਿਹੜਾ ਉਹ ਕਹਿੰਦੇ ਸੀ ਕਿ ਅਗਰ ਜਾਣਾ ਹੈ ਤਾਂ ਇਕੱਠੇ ਜਾਣਾ ਹੈ, ਵੀਜ਼ਾ ਲੈਣਾ ਹੈ ਤਾਂ ਇਕੱਠੇ ਲੈਣਾ ਹੈ, ਕੀ ਤੁਸੀਂ ਉਹ ਦਵਾ ਸਕਦੇ ਹੋ? ਸੋ ਉਸ ਤੋਂ ਬਾਅਦ ਜਦੋਂ ਉਹ ਆਪਣੀ ਫਾਈਲ ਦੇ ਕਰ ਗਏ, ਅੱਜ ਉਹਨਾਂ ਦੇ ਵੀਜ਼ਾ ਸਾਡੇ ਹੱਥ ਵਿੱਚ ਨੇ, ਅੱਜ ਉਹਨਾਂ ਨੂੰ ਉਹ ਵੀਜ਼ਾਸ ਵੀ ਹੈਂਡਓਵਰ ਕਰਾਂਗੇ। ਨਾਲ ਦੇ ਨਾਲ ਉਹਨਾਂ ਨੂੰ ਪੁੱਛਾਂਗੇ ਵੀ ਕਿ ਓਮ ਗਲੋਬਲ ਦੇ ਨਾਲ ਜੁੜਨ ਤੋਂ ਬਾਅਦ ਉਹਨਾਂ ਦੀ ਜਰਨੀ ਕਿੱਦਾਂ ਦੀ ਰਹੀ। ਸੋ ਸਿਮਰ ਜੀ, ਕੰਗਰੈਚੁਲੇਸ਼ਨ, ਐਂਡ ਪਵਨ ਜੀ, ਕੰਗਰੈਚੁਲੇਸ਼ਨ। ਸੋ ਸਿਮਰ, ਤੁਸੀਂ ਸਾਡੇ ਵਿਊਵਰਸ ਨੂੰ ਦੱਸੋਗੇ ਥੋੜ੍ਹਾ ਕਿ ਤੁਹਾਡੀ ਜਿਹੜੀ ਓਮ ਗਲੋਬਲ ਦੇ ਨਾਲ ਜੁੜਨ ਤੋਂ ਬਾਅਦ ਜਰਨੀ ਕਿੱਦਾਂ ਦੀ ਰਹੀ, ਕੁਛ ਆਪਣੀ ਪ੍ਰੋਫਾਈਲ ਦੇ ਬਾਰੇ ਦੱਸੋ ਕਿ ਤੁਸੀਂ ਕੀ ਪੜ੍ਹਾਈ ਕੀਤੀ ਹੈ, ਲਾਸਟ ਸਟੱਡੀ ਤੁਹਾਡੀ ਕੀ ਸੀ, ਆਈਲਟਸ ਵਿੱਚ ਤੁਹਾਡੇ ਕਿੰਨੇ ਬੈਂਡ ਸੀ? ਮੇਰੀ ਪਲੱਸ ਟੂ 2021 ਵਿੱਚ ਪਾਸ ਆਊਟ ਕੀਤੀ, ਅਤੇ ਉਸ ਤੋਂ ਬਾਅਦ ਮੈਂ ਆਈਲਟਸ ਕੀਤੀ, ਜਿਹਦੇ ਵਿੱਚ ਮੇਰੇ 6 ਬੈਂਡ ਆਏ, ਨੋਟ ਲੈਸ ਦੈਨ 5.5। ਉਸ ਤੋਂ ਬਾਅਦ ਮੇਰੀ ਮੈਰਿਜ ਹੋਈ 2023 ਦੇ ਵਿੱਚ, ਅਤੇ ਮੈਂ ਅਤੇ ਮੇਰੇ ਹਸਬੈਂਡ ਦੋਨੋਂ ਇਕੱਠੇ ਬਾਹਰ ਜਾਣਾ ਚਾਹੁੰਦੇ ਸੀ, ਅਤੇ ਮੈਂ ਆਪਣੀ ਫਾਈਲ ਬਹੁਤ ਸਾਰੇ ਏਜੰਟਸ ਤੋਂ ਪਤਾ ਕੀਤੀ, ਅਤੇ ਮੈਨੂੰ ਕੋਈ ਵੀ ਰਿਸਪੋਂਸ ਨਹੀਂ ਮਿਲਿਆ। ਫਿਰ ਮੈਂ ਇੱਕ ਦਿਨ ਇੰਸਟਾਗ੍ਰਾਮ 'ਤੇ ਵਿਜ਼ਿਟ ਕੀਤਾ, ਅਤੇ ਮੈਨੂੰ ਉੱਥੋਂ ਓਮ ਗਲੋਬਲ ਦੀ ਐਡ ਮਿਲੀ, ਅਤੇ ਮੈਂ ਫਿਰ ਉਹਨਾਂ ਦੀ ਆਈਡੀ 'ਤੇ ਜਾ ਕੇ ਐਡ ਨੂੰ ਦੇਖਿਆ, ਅਤੇ ਫਿਰ ਮੈਨੂੰ ਉੱਥੋਂ ਓਮ ਗਲੋਬਲ ਬਾਰੇ ਪਤਾ ਲੱਗਾ। ਓਕੇ, ਸੋ ਜਦੋਂ ਤੁਸੀਂ ਇੰਸਟਾਗ੍ਰਾਮ ਜਾਂ ਫੇਸਬੁੱਕ ਦੇ ਮਾਧਿਅਮ ਜਿੱਥੋਂ ਵੀ ਤੁਸੀਂ ਸਾਡੀ ਐਡਸ ਨੂੰ ਦੇਖਿਆ, ਅਤੇ ਉੱਥੇ ਤੁਸੀਂ ਮਤਲਬ ਹੋਰ ਵੀ ਲੋਕਾਂ ਦੇ ਵੀਜ਼ਾਸ ਵਗੈਰਾ ਦੇਖੇ ਸੀ? ਹਾਂਜੀ ਸਰ, ਮੈਂ ਉੱਥੋਂ ਬਹੁਤ ਸਾਰੇ ਸਪਾਊਸ ਕੇਸਿਸ ਦੇਖੇ, ਅਤੇ ਫਿਰ ਮੈਨੂੰ ਉੱਥੋਂ ਬਹੁਤ ਵਧੀਆ ਉਮੀਦ ਮਿਲੀ ਕਿ ਮੇਰਾ ਇੱਥੋਂ ਵੀਜ਼ਾ ਗ੍ਰਾਂਟ ਹੋ ਸਕਦਾ ਹੈ। ਓਕੇ, ਸੋ ਜਿਹੜੀ ਸ਼ਰਤ ਤੁਸੀਂ ਸਾਡੇ ਨਾਲ ਰੱਖੀ ਸੀ, ਕੀ ਆਪਾਂ ਉਹ ਸ਼ਰਤ ਤੁਹਾਡੀ ਪੂਰੀ ਕੀਤੀ ਹੈ? ਹਾਂਜੀ ਸਰ। ਅਤੇ ਸ਼ਰਤ ਕੀ ਸੀ? ਸ਼ਰਤ ਇਹ ਸੀ ਕਿ ਅਸੀਂ ਦੋਨੋਂ ਇਕੱਠੇ ਸੇਮ ਡੇਟ ਟਰੈਵਲ ਕਰਨਾ ਚਾਹੁੰਦੇ ਹਾਂ। ਓਕੇ, ਸੋ ਪਵਨ ਜੀ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ, ਅੱਜ ਤੁਹਾਡਾ ਵੀਜ਼ਾ ਤੁਹਾਡੇ ਹੱਥ ਵਿੱਚ ਹੈ, ਅਤੇ ਤੁਸੀਂ ਓਮ ਗਲੋਬਲ ਦੇ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਓਮ ਗਲੋਬਲ ਵਾਲਿਆਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਸਾਡੀ ਜੋ ਇਹਨਾਂ ਦੇ ਨਾਲ ਸ਼ਰਤ ਲੱਗੀ ਹੋਈ ਸੀ ਕਿ ਅਸੀਂ ਇਕੱਠੇ ਇੱਕੇ ਦਿਨ ਵੀਜ਼ਾ ਲਿਆ, ਫਿਰ ਟਰੈਵਲਿੰਗ ਦਾ ਅਸੀਂ ਸ਼ਰਤ ਰੱਖੀ ਹੋਈ ਸੀ ਕਿ ਟਰੈਵਲਿੰਗ ਇਕੱਠੇ ਹੀ ਕਰਨਾ ਹੈ, ਉਹ ਸ਼ਰਤ ਸਾਡੀ ਇਹਨਾਂ ਨੇ ਅੱਜ ਪੂਰੀ ਕੀਤੀ ਆ। ਸੋ ਸਾਡੇ ਵੀਜ਼ਾ ਹੱਥ ਵਿੱਚ ਨੇ। ਥੈਂਕ ਯੂ ਸਰ, ਬਹੁਤ ਬਹੁਤ ਮਿਹਰਬਾਨੀ ਓਮ ਗਲੋਬਲ। ਸੋ ਸਿਮਰ, ਵਿਊਵਰਸ ਨੂੰ ਸਾਡੇ ਕੀ ਮੈਸੇਜ ਦੇਣਾ ਚਾਹੋਗੇ ਕਿ ਉਹ ਆਪਣੀ ਫਾਈਲਸ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ? ਮੈਂ ਇਹੀ ਸਾਰਿਆਂ ਨੂੰ ਰਿਕਮੈਂਡ ਕਰਦੀ ਹਾਂ ਕਿ ਸਾਰੇ ਓਮ ਗਲੋਬਲ ਤੋਂ ਆਪਣਾ ਵੀਜ਼ਾ ਗ੍ਰਾਂਟ ਕਰਨ। ਸੋ ਜਿੱਦਾਂ ਕਿ ਤੁਸੀਂ ਉਹਨੇ ਦੇਖਿਆ ਸਿਮਰਪ੍ਰੀਤ ਔਰ ਪਵਨ ਪਵਿੱਤਰ ਜੀ ਨੂੰ ਸੁਣਦੇ ਹੋਏ ਕਿ ਉਹਨਾਂ ਦੇ ਵੀਜ਼ਾ ਸੇਮ ਡੇ ਉਹਨਾਂ ਨੂੰ ਦਿੱਤੇ ਗਏ ਨੇ, ਜੋ ਉਹਨਾਂ ਨੇ ਸਾਡੇ ਅੱਗੇ ਇੱਕ ਆਪਣੀ ਸ਼ਰਤ ਵੀ ਰੱਖੀ ਹੋਈ ਸੀ ਕਿ ਟਰੈਵਲ ਕਰਨਾ ਹੈ ਅਤੇ ਇਕੱਠੇ ਹੀ ਕਰਨਾ ਹੈ, ਜੋ ਕਿ ਉਹਨਾਂ ਦਾ ਸੁਪਨਾ ਆਪਾਂ ਪੂਰਾ ਕਰਕੇ ਦਿੱਤਾ। ਸੋ ਇੱਦਾਂ ਜਿੰਨੇ ਵੀ ਹੋਰ ਵੀ ਕਲਾਇੰਟਸ ਹੈਗੇ ਨੇ ਜਾਂ ਜੋ ਵੀ ਸਟੂਡੈਂਟਸ ਹੈਗੇ ਨੇ ਜਾਂ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਨੇ, ਬਿਨਾਂ ਡਿਲੇ ਕੀਤੇ ਤੁਸੀਂ ਓਮ ਗਲੋਬਲ ਨੂੰ ਕੰਟੈਕਟ ਕਰ ਸਕਦੇ ਹੋ ਸਾਡੇ ਦਿੱਤੇ ਨੰਬਰ 'ਤੇ, ਜਿਹੜਾ ਕਿ 9216192167। ਧੰਨਵਾਦ।